नमस्कार, आप देख रहे हैं जी पंजाब हरियाणा हिमाचल। मैं हूं आपके साथ श्रमित चौधरी। सीधा आपको मोगा लेकर चलते हैं, जहां पर आज लाला लाजपत राय जी की 150वीं जयंती पर सुखबीर बादल, जो सूबे के डेप्यूटी सीएम है, वो सभा को संबोधित कर रहे हैं। पहले याद करो, तुसी फसलां पिंडां च नहीं खरीदियां जांदियां सी, तुहानू मंडी वड्डी मंडी शहर च आके बेचदे हुंदे सी। ਪਿੰਡਾਂ ਵਿੱਚ ਮੰਡੀਆਂ ਖੋਲੀਆਂ ਸ਼ੁਰੂ ਕੀਤੀਆਂ, ਫੋਕਲ ਪੁਆਇੰਟ ਬਣਾਉਣੇ ਸ਼ੁਰੂ ਕੀਤੇ। ਮੁੱਖ ਮੰਤਰੀ ਬਾਦਲ ਸਾਹਿਬ ਦਾ ਫੈਸਲਾ ਸੀ, ਪਹਿਲੇ ਤੁਹਾਡੇ ਟਰੈਕਟਰ ਦੇ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ ਸੀ, ਟਰੈਕਟਰ ਦਾ ਰਜਿਸਟ੍ਰੇਸ਼ਨ ਕਰਾਉਣਾ ਪੈਂਦਾ ਸੀ। ਮੁੱਖ ਮੰਤਰੀ ਬਾਦਲ ਸਾਹਿਬ ਆਏ, ਆ ਤਾਂ ਕਹਿੰਦਾ ਜੱਟ ਦਾ ਗੱਡਾ ਗੱਡਾ ਕਰਾਰ ਕੀਤਾ। ਤੁਹਾਡੇ ਕੋਈ ਕਿਸਾਨੀ ਦੀ ਸਹੀ ਮਿਹਨਤ ਦੇ ਬਾਅਦ ਪੂਰੇ ਹਿੰਦੁਸਤਾਨ ਦੇ ਜੇ ਕਿਸੇ ਇਨਸਾਨ ਨੇ ਫੜੀ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਕੱਲੇ ਤੁਹਾਡੇ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਤੁਹਾਡੇ ਟਿਊਬਵੈਲਾਂ ਦੇ ਬਿੱਲ ਮਾਫ ਕੀਤੇ। ਆ ਕੋਈ ਮਾਮੂਲੀ ਗੱਲ ਨਹੀਂ। ਆਪਾਂ ਤਾਂ ਸੋਚ ਲੈਂਦੇ ਹਾਂ ਕਿ ਟਿਊਬਵੈਲਾਂ ਦੇ ਬਿੱਲ ਮਾਫ ਹੋ ਗਏ, ਕੀ ਵੱਡੀ ਗੱਲ ਹੈ। 6,000 ਕਰੋੜ ਰੁਪਇਆ ਸਾਲ ਦਾ ਬਿਜਲੀ ਬੋਰਡ ਨੂੰ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਜਾਂਦਾ, 6,000 ਕਰੋੜ ਰੁਪਇਆ। ਜੇ ਮੁੱਖ ਮੰਤਰੀ ਸਾਹਿਬ ਨਾ ਮਾਫ ਕਰਦੇ, ਹਰ ਕਿਸਾਨ ਨੂੰ ਘੱਟ ਤੋਂ ਘੱਟ ਸਾਲ ਦਾ 80,000 ਤੋਂ ਲੱਖ ਰੁਪਇਆ ਸਾਲ ਦਾ ਭਰਨਾ ਪੈਣਾ ਸੀ ਬਿਜਲੀ ਬੋਰਡ ਨੂੰ, ਅੱਜ ਜਿਹੜਾ ਤੁਹਾਡੀ ਜਗ੍ਹਾ ਤੇ ਬਾਦਲ ਸਾਹਿਬ ਭਰ ਰਹੇ ਹੈ। ਕੱਲੀਆਂ ਨਹੀਂ, ਪਹਿਲੀ ਵਾਰ ਬਜ਼ੁਰਗਾਂ ਨੂੰ ਪੰਜਾਬ ਦੇ ਇਤਿਹਾਸ ਵਿੱਚ ਪੈਨਸ਼ਨ ਮਿਲਣ ਲੱਗੀ, ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਫੈਸਲਾ ਸੀ। ਪਹਿਲੀ ਵਾਰ ਗਰੀਬਾਂ ਦੀਆਂ ਲੜਕੀਆਂ ਨੂੰ ਸ਼ਗਨ ਦੇਣਾ ਸ਼ੁਰੂ ਕੀਤਾ, ਆ ਵੀ ਫੈਸਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੀ। ਪਹਿਲੀ ਵਾਰ ਗਰੀਬਾਂ ਦੇ ਘਰ ਦੇ 200 ਯੂਨਿਟ ਬਿਜਲੀ ਮਾਫ ਹੋਣੇ ਸ਼ੁਰੂ ਕੀਤੇ, ਉਹ ਵੀ ਫੈਸਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੀ। ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੇਖਿਆ ਕਿ ਗਰੀਬਾਂ ਨੂੰ ਜੇ ਮੁਸ਼ਕਿਲ ਆਉਂਦੀ ਹੈ, ਬਿਮਾਰ ਹੋ ਜਾਂਦੇ, ਵਿਚਾਰਿਆਂ ਕੋਲ ਪੈਸੇ ਨਹੀਂ ਹੁੰਦੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫੈਸਲਾ ਕੀਤਾ ਕਿ ਸਾਰੇ ਗਰੀਬਾਂ ਦਾ, ਕਿਸਾਨਾਂ ਦਾ, ਦੁਕਾਨਦਾਰਾਂ ਦਾ ਬੀਮਾ ਕਰਾ ਦਿਓ ਪੰਜਾਬ ਸਰਕਾਰ ਦੇ ਖਰਚੇ ਦੇ। ਅਗਲੇ ਦੋ ਮਹੀਨਿਆਂ ਦੇ ਅੰਦਰ ਤੁਹਾਡੇ ਪਿੰਡ ਪਿੰਡ ਸਾਡੇ ਅਫਸਰ ਆਉਣਗੇ ਤੁਹਾਡਾ ਇੱਕ ਕਾਰਡ ਬਣਾਉਣ ਵਾਸਤੇ। ਹਰ ਕਿਸਾਨ ਪਰਿਵਾਰ ਦਾ, ਹਰ ਗਰੀਬ ਪਰਿਵਾਰ ਦਾ, ਹਰ ਦੁਕਾਨਦਾਰ ਉਹਦਾ ਕਾਰਡ ਬਣੂਗਾ। ਕਾਰਡ ਦਾ ਕੀ ਫਾਇਦਾ ਹੈ ਕਿ 2 ਮਹੀਨੇ ਬਾਅਦ ਜਦੋਂ ਕਾਰਡ ਬਣ ਜਾਣਗੇ, ਤੁਹਾਡੇ ਜੀ ਕੋਈ ਵੀ ਬਿਮਾਰ ਹੋ ਜਾਏ ਪਰਿਵਾਰ ਦਾ, ਤੁਸੀਂ ਪੰਜਾਬ ਦੇ ਕਿਸੇ ਵੀ ਹਸਪਤਾਲ ਜਾ ਸਕੋਗੇ, ਇਕੱਲਾ ਕਾਰਡ ਦਿਖਾ ਦਿਓ, 50,000 ਰੁਪਏ ਸਾਲ ਤੱਕ ਦਾ ਤੁਹਾਡਾ ਇਲਾਜ ਮੁਫਤ ਹੋਊਗਾ, 1 ਰੁਪਿਆ ਨਹੀਂ ਲੱਗੂਗਾ। ਦੂਜਾ ਵੱਡਾ ਕੰਮ ਕੀਤਾ ਮੁੱਖ ਮੰਤਰੀ ਜੀ ਨੇ, ਇਸ ਕਾਰਡ ਨਾਲ ਸਾਰਿਆਂ ਦਾ ਬੀਮਾ ਵੀ ਹੋ ਗਿਆ। ਦੂਜਾ ਉਮਰ ਦਾ, ਜੇ ਤੁਹਾਡਾ ਕਿਸੇ ਪਰਿਵਾਰ ਦੇ ਜੀ ਦਾ ਐਕਸੀਡੈਂਟ ਹੋ ਜਾਂਦਾ, ਉਹਦੀ ਮੌਤ ਹੋ ਜਾਂਦੀ ਹੈ, ਜਾਂ ਕੋਈ ਅੰਗਹੀਣ ਹੋ ਜਾਂਦਾ, ਹੁਣ ਸਾਰੇ ਕਿਸਾਨਾਂ ਦਾ, ਸਾਰੇ ਗਰੀਬਾਂ ਦਾ, ਦੁਕਾਨਦਾਰਾਂ ਦਾ ਬੀਮਾ ਹੋ ਗਿਆ, ਤੁਹਾਨੂੰ ਆਪਣੇ ਆਪ ਹੀ 5 ਲੱਖ ਮਿਲ ਜੂਗਾ, ਤੁਹਾਨੂੰ ਕਿਸੇ ਕੋਲੇ ਦਫ਼ਤਰ ਜਾਣ ਦੀ ਲੋੜ ਨਹੀਂ ਪੈਣੀ ਉਸ ਪਰਿਵਾਰ ਨੂੰ। ਪੂਰੇ ਹਿੰਦੁਸਤਾਨ ਚ ਹੁਣ ਕਣਕ ਦੇਣੀ ਸ਼ੁਰੂ ਕੀਤੀ ਹੈ ਪਿੱਛੇ, ਪਰ ਉਹ ਤੋਂ ਪਹਿਲੇ ਆਟਾ ਦਾਲ ਦੀ ਸਕੀਮ ਮੁੱਖ ਮੰਤਰੀ ਬਾਦਲ ਸਾਹਿਬ ਆਪ ਲੈ ਕੇ ਆਏ ਸੀ। ਕੱਲਾ ਪੰਜਾਬ 40 ਲੱਖ ਪਰਿਵਾਰਾਂ ਨੂੰ, ਅਸੀਂ 30 ਪਰਿਵਾਰਾਂ ਨੂੰ ਆਟਾ ਦਾਲ ਦਿੰਦੇ ਹਾਂ, ਕਿਹੜਾ ਹਿੰਦੁਸਤਾਨ ਦਾ ਸੂਬਾ। ਹੁਣ ਮੁੱਖ ਮੰਤਰੀ ਬਾਦਲ ਸਾਹਿਬ ਨੇ ਇੱਕ ਨਵੀਂ ਸਕੀਮ ਕੱਢੀ ਹੈ, ਜਿਹਨੇ ਆਪਣੇ ਤੁਹਾਡੇ ਬਜ਼ੁਰਗ ਹਨ ਜਿਨ੍ਹਾਂ ਨੇ ਪੰਜਾਬੀ। ਮੋਗਾ ਕੇ ਗਾਂਵ ਢੂਡੀਕੇ ਮੇ सरदार सुखबीर सिंह बादल मौजूद हैं, और ये लाला लाजपत राय की 150वीं जयंती को लेकर कार्यक्रम रखा गया। यहाँ पर सुखबीर बादल सरदार प्रकाश सिंह बादल की सरकार की उपलब्धियों को गिनवा रहे हैं, शगुन स्कीम की बात कर रहे हैं, किसानों का ख्याल रखा ये बता रहे हैं, 50,000 की मुफ्त इलाज की बात उन्होंने की, आटा दाल स्कीम जो 2012 में लॉन्च की थी उससे पहले ही उसके बारे में वो चर्चा कर रहे हैं कि इससे 40 लाख परिवारों को फायदा मिला है। फंक्शन